ਮਿਸ਼ਨ ਲਾਲੀ ਅਤੇ ਹਰਿਆਲੀ ਵੱਲੋਂ ਹਰ ਮਹੀਨੇ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਹ ਮਹੀਨੇ ਵਿੱਚ ਦੋ ਵਾਰੀ ਕੈਂਪ ਲਗਾਇਆ ਜਾਂਦਾ ਹੈ ਅਤੇ ਮੈਂ ਖੂਨਦਾਨ 26ਵੀਂ ਵਾਰੀ ਕਰ ਰਿਹਾ। ਮੈਂ ਜਿਹੜੇ ਮਿਸ਼ਨ ਲਾਲੀ ਅਤੇ ਹਰਿਆਲੀ ਵੱਲੋਂ ਲਗਾਤਾਰ ਜਿਹੜਾ ਜਿੰਦਰਾ ਹੋਸਪਿਟਲ ਦੇ ਵਿੱਚ ਖੂਨਦਾਨ ਕੈਂਪ ਲਾਇਆ ਜਾਂਦਾ, ਇਹ ਮਿਸ਼ਨ ਲਾਲੀ ਅਤੇ ਹਰਿਆਲੀ ਦੇ ਜਿਹੜੇ ਸੰਸਥਾਪਕ ਨੇ, ਸਾਰੇ ਮੈਨੇਜਮੈਂਟ ਨੇ, ਸਾਰੇ ਪ੍ਰੈਜੀਡੈਂਟ ਜੋ ਵੀ ਇਹਨਾਂ ਦੀ ਬੋਡੀ ਹੈ, ਸਾਰਿਆਂ ਨੂੰ ਮੈਂ ਵਧਾਈ ਦਿੰਦਾ। ਇਹ ਖੂਨਦਾਨ ਹੈ ਜਿਹੜਾ ਬਹੁਤ ਵੱਡਾ ਦਾਨ ਹੈ ਜੋ ਇਸ ਸੰਸਥਾ ਦਾ ਬਹੁਤ ਅੱਛਾ ਉਪਰਾਲਾ ਹੈ। ਇਹ ਮੈਂ ਵੈਸੇ ਅੱਜ ਕੁਦਰਤੀ ਤੁਹਾਡੇ ਕੈਂਪ ਦਾ ਵੀ ਟਾਈਮ ਹੋ ਗਿਆ ਅਤੇ ਮੇਰਾ ਬਰਥਡੇ ਦਾ ਵੀ ਡੇਟ ਫਿਕਸ ਸੀਗੀ, ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਪਦੇ ਅੱਜ ਇਸ ਸੇਮ ਡੇ 'ਤੇ ਮੈਂ ਅੱਜ ਖੂਨਦਾਨ ਕਰ ਰਿਹਾ।